ਗੁਰੂ ਨਾਨਕ ਦੇ ਮਹਾਰਾਜ ਨਾਲ ਹੋਈ ਸਾਈਂ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਜਾ ਕੇ ਦੁੱਧ ਚੋਇਆ ਤੇ ਦੁੱਧ ਲੈ ਕੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਖਿਦਮਤ ਚ ਪੇਸ਼ ਕੀਤਾ ਲਓ ਪਾਤਸ਼ਾਹ ਬਾਬਾ ਜੀ ਦੁੱਧ ਪੀਓ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਸਾਈਂ ਜੀ ਸਿਰ ਮੱਥੇ ਤੁਹਾਡੀ ਸੇਵਾ ਪਰ ਇਹ ਦੁੱਧ ਬਾਲਾ ਮਰਦਾਨਾ ਪੀਣਗੇ ਮੇਰੇ ਸਾਥੀ ਜੋ ਸਾਡੀ ਇਮਾਨਤ ਹੈ ਇਹ ਸਾਂਭ ਕੇ ਰੱਖ ਲਿਓ ਇਹ ਦੁੱਧ ਅਸੀਂ ਹੁਣ ਛੇਵੇਂ ਜਾਮੇ ਜਾ ਕੇ ਛਕਾਂਗੇ ਗੁਰੂ ਨਾਨਕ ਨੇ ਕੀਤੀ ਪੂਰੀ ਸਾਈਂ ਦੀ ਮੁਰਾਦ ਕੈਸਾ ਅਜਬ ਨਜ਼ਾਰਾ ਕੈਸਾ ਅਜਬ ਨਜ਼ਾਰਾ